उठो किसे ने फोन किया रुका लिखा कि रोज लड़ाई होंदी सी, दो तीन दिन पहले भी लड़ाई हुई, क्यों लड़ाई होंदी सी? लड़ाई कोई गल दी लड़ाई कादी भाई ने गुरबत दी लड़ाई होंदी और की होंदा गल है। रात नू मैनू आदी मेरे लत्तां पीड़ हों दी, मैं लत्तां आप घोड़ दित्तियां, मैं बीवी है तू मेरी, बच्चा होने वाला है तीसरा चौथा महीना लगा है, ठीक है नी, मैनू खीर खानी, मैं खीर लिया के दिती 20 रुपए की, वह खाधी है, फिर मैं लत्तां उहदियां आप घुटियां, फिर उन्हें बाद विच मैनू कन्ने के चल मैं तैनूं लताड़ दिंदी आ। अच्छा, 4 महीने का बच्चा भी सी? हाँ जी, वह पेट के अंदर 3 महीने या 4 महीने का बच्चा भी सी अंदर। 150 रुपया 200 रुपया मालक रोजाना ले जाना खर्चा, ठीक है, महीना होया मैनू गए नूं, हाले महीना भी नहीं पूरा होया मेरा गए नूं, मालक मैं अपने को कम करना, 150-200 जिन्हें पैसे आते लै इन्ना, तो मालक भी मेरा कसर खाता है, कहें इन्ने पैसे तो क्यों किराया की देगा, मैं जी हूँ घर के खर्च ने, इनू नहीं मैं तंगी आती, 2000 रुपया भी लिया एदी मां घर रक्षे से लैके आया, रक्षे छड़ गया, मां घर रक्षे से लैके आया छड़ गया। लेकिन ओदे घर वाले ते दसदे ने कि बकायदा कई दफा उन्होंने घर दे तुहानू पैसे जिहड़े ने राशन वास्ते दित्ते, उस तों बाद तुसीं इत्थे एक दो जगह किराए ते रहे हो, उह किराए वालियां ने जिहड़ा उह तुहाडा समान भी रख लिया और उह समान दी जगह दे उत्ते उह किस्तां लांदे पए ने। मेरी कोई किस्त नहीं लाई, मेरे ते मंजे उत्थे पए ने, 2000 रुपया इन्होंने लै के मेरे कोलों ते मेरे मंजे दित्ते ने, पैसे लेने किन्ना ने सोहरिया ने। नहीं नहीं, ए दसो ना कि तुसी जेड़े कार किराए ते रहंदे सीगे ओ कार जेड़े ने उना ने तुहाडा जदों तुसी किराया नहीं दे सके ते तुहाडे तुहाडा समान रख लिया? नहीं, मेरा कोई समान नहीं रखा, गलत गल है, मैं वो इत्थे मालम घर रहंदे ने, उन्होंने जाके पुछ लो ना, कोई समान नहीं, समान रखण दा मौका सी किसे ने दित्ता ही नहीं, ना कोई इहो जिहा गल है। ਉਹ ਕਹਿ ਰਹੇ ਨੇ ਕਿ ਸਾਡੀ ਮੌਤ ਦੇ ਬੇਟੀ ਦੀ ਮੌਤ ਦੇ ਜ਼ਿੰਮੇਦਾਰ ਜਿਹੜਾ ਹੈ ਨਾ ਉਹ ਸਾਡੇ ਜਿਹੜਾ ਦਮਾਦ ਹੈਗਾ ਤੇ ਉਹਨੂੰ ਅਸੀਂ ਜਦੋਂ ਸਾਡੇ ਕੋਲ ਆਇਆ ਸੀ ਤੇ ਅਸੀਂ ਉਹਨੂੰ ਕਿਹਾ ਕਿ ਹੁਣ ਤੇਰਾ ਸਾਡਾ ਰਿਸ਼ਤਾ ਖਤਮ, ਹੁਣ ਤੂੰ ਚਲਾ ਜਾ, ਤੂੰ ਹੀ ਸਾਡੀ ਬੱਚੀ ਦੀ ਜ਼ਿੰਦਗੀ ਦਾ ਕਾਤਲ ਹੈ। ਨਹੀਂ, ਮੈਂ ਤੇ ਨਹੀਂ ਕਹਿ ਸਕਦਾ, ਮੈਂ ਨਹੀਂ ਕਹਿ ਸਕਦਾ, ਬਹਰਹਾਲ ਮੇਰੀ ਕੋਈ ਲੜਾਈ, ਮੇਰੇ ਮਾਲਮ ਕਾਨ ਨੂੰ ਜਾ ਕੇ ਪੁੱਛ ਲਓ ਜਾਂ ਖਰਚੇ ਦੀ ਤੰਗੀ ਜਾਂ ਕੋਈ ਲੜਾਈ ਦੀ ਤੰਗੀ ਮੈਂ ਦੇਣਾ ਦਾਰ। ਫਿਰ ਕੀ ਵਜ੍ਹਾ, ਤੁਸੀਂ ਆਪ ਦੇਖੋ ਨਾ ਕਿ ਕੋਈ ਮਾਂ ਜਿਹੜੀ ਹੈ ਤੁਹਾਡੇ ਵੀ ਕੋਲ, ਤੁਹਾਡੀ ਵਾਲਦਾ ਬੈਠੇ ਨੇ, ਤੁਹਾਡੀਆਂ ਭੈਣਾਂ ਬੈਠੇ ਨੇ, ਅਜ਼ੀਜ਼ੋ ਕਰਮ, ਕੋਈ ਖਾਤੂਨ ਜਿਹੜੀ ਹੈ ਉਹ ਕਿਸੇ ਸੂਰਤ ਵਿੱਚ ਆਵੇ ਭਾਵੇਂ ਜੋ ਮਰਜ਼ੀ ਹੋ ਜਾਵੇ ਉਹ ਆਪ ਤੇ ਮਰ ਸਕਦੀ ਹੈ, ਆਪਣੀ ਔਲਾਦ ਨੂੰ ਨਹੀਂ ਮਾਰ ਸਕਦੀ। ਜਿਹਨੇ ਆਪਣੀ ਔਲਾਦ, ਦੋ ਬੱਚੇ, ਤੀਸਰਾ ਉਹਦੇ ਪੇਟ 'ਚ ਸੀਗਾ, 3 ਬੱਚੇ ਲੈ ਕੇ ਔਰ ਉਹਨੇ ਆਪਣੀ ਔਲਾਦ ਨੂੰ ਆਪਣੇ ਨਾਲ ਕਿੰਨੀ ਕੁ ਤੰਗ ਹੋ ਗਈ ਹੋਏਗੀ ਜਿਹਦੀ ਵਜ੍ਹਾ ਤੋਂ ਉਹਨੇ ਆਪਣੀ ਜ਼ਿੰਦਗੀ ਜਿਹੜੀ ਹੈ ਕੁਰਬਾਨ ਕਰਤੀ। ਬਹਰਹਾਲ ਮੈਨੂੰ ਤਾਂ ਚੰਗਾ ਭਲਾ ਟੋਰਿਆ, ਮੇਰੇ ਨਾਲ ਕੋਈ ਲੜਾਈ ਨਹੀਂ, ਮੇਰੇ ਨਾਲ ਕੋਈ ਝਗੜਾ ਨਹੀਂ, ਮੈਨੂੰ ਫਿਰ ਰੋਟੀ ਪਕਾ ਕੇ ਦੇ ਕੇ ਗਈ ਹੈ, ਮਾਲਮ ਕੋਲ ਚਾਬੀ ਦੇ ਕੇ ਗਈ ਹੈ, ਬੱਚਿਆਂ ਨੂੰ ਸੁਰਖੀ ਲਾਈ, ਕੱਪੜੇ ਲਾਏ, ਫਿਰ ਬਸਤਾ ਪਾ ਕੇ ਦੇ ਕੇ ਗਈ, ਮੈਨੂੰ ਕੰਮ ਤੋਂ ਟੋਰ ਕੇ ਗਈ, ਤੇ ਮੈਂ ਕਿਸ ਤਰ੍ਹਾਂ ਕਹਿ ਦੇਵਾਂ ਕਿ ਮੇਰੇ ਨਾਲ ਨਾਰਾਜ਼ ਜਾਂ ਕੋਈ ਲੜਾਈ ਜਾਂ ਕੋਈ ਝਗੜਾ? ਨਹੀਂ, ਤੁਹਾਡੇ ਨਾਲ ਨਾਰਾਜ਼ ਨਹੀਂ ਸੀ ਤੇ ਫਿਰ ਤੁਸੀਂ ਵਜ੍ਹਾ ਤੇ ਸਮਝਦੇ ਹੋ ਨਾ ਕਿ ਕੀ ਵਜ੍ਹਾ ਤੋਂ ਉਹਨੇ ਮੇਰੇ ਕੋਲੋਂ ਤੁਸੀਂ ਕੁਰਾਨ ਪਾਕ ਪੜਾ ਲਓ। ਨਹੀਂ, ਤੁਹਾਡੀ ਗੱਲ ਤੁਸੀਂ ਇਹ ਦੱਸੋ ਕਿਹੜੀ ਐਸੀ ਵਜ੍ਹਾ ਜਿਹਦੀ ਵਜ੍ਹਾ ਤੋਂ ਐਡਾ ਵੱਡਾ ਉਹਨੇ ਕਦਮ ਚੁੱਕਿਆ? ਸਾਡੇ ਕੋਲ ਭਾਈ ਦੀ ਕੋਈ ਵਜ੍ਹਾ ਦਾ ਇਲਾਜ ਨਹੀਂ ਤੇ ਨਾ ਹੀ ਸਾਡੇ ਕੋਲ ਹੈ ਜੀ, ਅਸੀਂ ਕੋਈ ਵਜ੍ਹਾ ਨਹੀਂ ਦੱਸ ਸਕਦੇ, ਨਾ ਸਾਡੇ ਕੋਲ ਵਜ੍ਹਾ ਹੈ, ਮੇਰੇ ਕੋਲ ਕੋਈ ਨਹੀਂ ਜੀ, ਮੇਰੇ ਨਾਲ ਰਹਿੰਦੀ ਸਹੀ ਰਹੀ ਹੈ, ਸਾਰਾ ਕੁਛ ਕਰਦੀ ਰਹੀ, ਮੈਨੂੰ 7 ਸਾਲ ਹੋ ਗਏ, 8 ਸਾਲ ਵਿਆਹ ਹੋਏ ਨੂੰ, ਮੇਰੇ ਨੂੰ 2 ਬੱਚੇ ਹੋਏ ਨੇ, ਸਾਰਾ ਕੁਛ ਹੋਇਆ, ਮੇਰੇ ਨਾਲ ਕੋਈ ਐਸੀ ਗੱਲ ਨਹੀਂ, ਕੋਈ ਬਾਤ ਨਹੀਂ, ਮੈਂ ਨਜਾਇਜ਼ ਕਿਸੇ ਦੇ ਇਲਜ਼ਾਮ ਲਾਵਾਂ ਪਿਆ? ਨਹੀਂ, ਗਲਤ ਗੱਲ ਹੈ। ਇਹਦਾ ਮਤਲਬ ਤੁਹਾਨੂੰ ਵੀ ਉਹਦੀ ਮੌਤ ਦੀ ਵਜ੍ਹਾ ਦਾ ਨਹੀਂ ਪਤਾ? ਨਹੀਂ, ਮੈਂ ਨਹੀਂ ਇਸ ਵਜ੍ਹਾ ਦਾ ਨਹੀਂ ਪਤਾ, ਉਹਨੇ ਰੁਕੇ ਲਿਖ ਕੇ ਰੱਖੇ ਕਿ ਕੁਛ ਲਿਖ ਕੇ ਰੱਖਿਆ, ਮੈਨੂੰ ਇਹ ਦੱਸੋ ਖਾਬਾਣੀ, ਮੈਂ ਉਹਦੇ 8 ਜਮਾਤਾਂ ਪੜ੍ਹੀ, ਕੁਰਾਨ ਪਾਕ ਪੜ੍ਹੀ, ਤੇ ਮੈਂ ਤੇ ਚਟਾਨ ਪਾੜਾਂ, ਕੰਮ ਕਰਨ ਵਾਲਾ ਵੈਲਡਿੰਗ ਦਾ ਕੰਮ ਕਰਨਾ ਵਾ, 6000 ਰੁਪਇਆ ਤਨਖਾਹ ਲੈਂਦਾ ਹਾਂ, ਓਵਰ ਟਾਈਮ ਪਾ ਕੇ ਕਿ ਨਾ ਮੇਰਾ ਰੋਜ਼ ਹੈ, ਮੈਂ ਕਹਿੰਦਾ 11:30 ਘਰ ਆਉਂਦਾ ਹਾਂ, ਮੇਰੇ ਤੁਸੀਂ ਮਾਲਮ ਕਾਨ ਨੂੰ ਪੁੱਛ ਸਕਦੇ ਜਾ ਕੇ, ਮੇਰੇ ਤਾਂ ਕੰਮ ਵਾਲੇ ਕੱਪੜੇ ਹੁੰਦੇ ਸੀ ਉਸੇ ਤਰ੍ਹਾਂ ਹੀ, ਮੈਂ ਆਪ ਤੰਗ ਹੋਏ ਨਾ, ਕਿਰਾਇਆ ਸਿਰਫ 1500 ਰੁਪਇਆ ਦਿੱਤਾ, ਬਗੈਰ ਨਵੇਂ ਜੁੱਤੀ ਨਵੇਂ ਕੱਪੜੇ, ਮੈਂ ਆਪਣੀ ਲਾ ਨੂੰ ਨੀ ਕਿਸੇ ਗੱਲ ਤੋਂ ਤਰਸਨ ਦਿੱਤਾ। ਉਹ ਬੱਚੇ ਨੂੰ ਪੜ੍ਹਾਉਣ ਦਾ ਬਹੁਤ ਸ਼ੌਕ ਸੀ? ਹਾਂ, ਅੱਲਾ ਦੇ ਹੁਕਮ ਨਾਲ ਬੜਾ ਸ਼ੌਕ ਸੀ, ਦੋਨਾਂ ਨੂੰ ਬਹੁਤ ਸ਼ੌਕ ਸੀ ਸਾਨੂੰ,
नहीं ओ बच्चे नु पढ़ाना चाहती सी और बस्ता ओ कदों लेके आई सी बच्चा कौन बस्ता दे पहले लांदा सी बड़ी देर हो गई सी उंज कापियां पेंसिलां लिया के उन्हें रखियां सी के चल जेबू पढ़दा रहो बस ए गल है बात उंज ही उन्हें बड़ा बच्चे नु साडे नु बड़ा चार जिस कल तो जिद कर लंदा बच्चे की उम्र किन्नी सी बच्चे की उम्र 3.5 साल सी अच्छा ते बेटी दी है कु 2.5 साल नाजरीन बुशरा दी अलमनाक मौत दे उत्ते जिथे असी बुशरा दे वालद नाल गल कीती उथे उना दे खावन रमजान नाल भी गल कीती ते नाजरीन रमजान दा मौकफ सुनन तो बाद उदी फैमिली दा मौकफ सुनन तो बाद और इलाके दे कुछ ऐसे लोकां ने अपने सानू बयान दसे जेडे के कैमरे दे सामने नहीं आना चाहते सी नाजरीन असी देखिया के उना दे वालदैन दा और लोकां दा कहना सी कि उना दे घर दे विच हद तो ज्यादा गुरबत सी और उस गुरबत दी मारी दुखां दी मारी बुशरा ने तंग आके अपने आप नू अपने बच्चों समेत ट्रेन दे थले देता और ट्रेन दे थले आके वो तिने जड़े ने मौत दियां वादियां च खो गए। नाजरीन सानू लोकां कोलों जड़ा पता चलिया जेड़े के कैमरे सामने नहीं आना चाहते उन्होंने दसिया बल्कि उन्होंने इल्जाम लाया कि बुशरा दा खावन नशा करदा सी और उदे च इक गल जड़ी उदे वालद ने सानू दसी है वो गल ए वे कि बुशरा ने अपनी पसंद दी अपने प्यार दी शादी कीती सी और शादी तो पहले 6 महीने उन्हों वरगला के उदा खावन रमजान जड़ा वो लै गया सी 6 महीने बाद जदों माँ प्यो नू बड़ी मुश्किल नाल राजी कीता ते बकायदा उन्होंने निकाह पढ़ाया जदों के 6 महीने वो रही। नाज़रीन बुशरा एक बहुत खूबसूरत लड़की सी जिहड़ी के रमजान जे बंदे दी मुहब्बत दे विच मुतला होकर उहदे जाल च फस के उन्हें अपना दिल उन्हूं देता ते उहदे कोल आके वस गई। बुशरा ने पूरी कोशिश कीती कि अपने माँ प्यो दी इज्जत बरकरार रखे अपने बच्चों दा अपने खावन दा मान उच्चा रखे लेकिन उन्हूं की पता सी कि वह अपने खावन दे हथी रोज ठुड्डियां दा कुसुन्ना दा मुक्कियां दा ते थप्पड़ां दा मुकाबला करेगी। नाजरीन एक औरत किन्नी तकलीफ च मुबतला होवे दर्द च मुबतला होवे वो अपनी जान ते दे सकती है लेकिन अपनी औलाद अपने लखते जिगर अपने जिगर दे गोशे जिहड़े ने उन्हां नूं माड़ी जी तकलीफ ही नहीं देख सकती ते किथे केड़ी ऐसी वजूहात सी जिहदी वजह तो एक मां ने अपने दो बच्चे जिहड़े कि उहदे नाल सीगे उन्हां नूं लै के ट्रेन दे थले मर गई। नाज़रीन सानूं इह वी मालूम होया कि वो बुशरा जिहड़ी सी वह 4 महीने का बच्चा उहदे पेट च भी मौजूद सीगा। नाज़रीन किन्नी तकलीफ च उन्हें जान दित्ती किन्ना दर्द उन्हें सहा और उन्हें उफ तक की अपने माँ प्यो की इज्जत रखने वास्ते माँ प्यो नू कदी अपनी तकलीफ नहीं दसी अपना दर्द नहीं दसिया उहदे ते सिर्फ भुख दे साए नहीं मंडला रहे सी बल्कि ऐसियां तारीख रातां भी तारी सीगियां जिहड़ा के उहदे खावन ने उहदे ते मुसल्लत कर दित्तियां सी। नाज़रीन जिहड़े लोकां ने इल्जाम लाया है उहनां दा कहना है कि भुख ते अपनी जगह लेकिन अपना नशा पूरा करन वास्ते उहदा खावन जिहड़ा सी उह बुशरा नू मारदा सी ऐही नहीं बल्कि बाज़ लोकां ने ते ऐ वी इल्जाम लाया कि क्योंकि बुशरा बहुत सोहनी सी ते उहदा खावन जिहड़ा सी उहनूं गलत रस्ते चलाना चाहुंदा सी कदों तक वह दुखियां दी मारी अपने मासूम बच्चे जिन्हां च एक मुंडा ते एक कुड़ी सी उन्हें लै के ए जुल्म सहिंदी। बुशरा ने अपनी एक सहेली नूं दस्सिया कि मैनूं डर लगता है कि किते मेरा तीसरा आने वाला बच्चा जिहड़ा है वह भी कुड़ी ना होवे ते इन्हां दा खानदान जिहड़ा है वह कुड़ियां नाल इंज सलूक करदे ने ते पता नहीं मेरे मरण तो बाद मेरियां दोवें धीआं नाल ना जाने की होवे। नाज़रीन भुख बड़ी बुरी चीज़ है बहुत बुरी चीज़ है। नाज़रीन मैं तुहानूं एक वाकया दसना चाहना वा जिहड़ा अज तो 7-8 साल पुराना वाकया है कि PIA दा एक मुलाजम उहदियां 6 जवान धीआं सीगियां जिहड़ा केबन क्रू लोकां दा बचिया खुचिया खाणा जिहड़ा है उह बचा दिंदे सी उह बंदा उह चुक के घर लै जांदा सी। एक दिन ऐसी तरह होया कि वह खाना ले जा रहा सी अपने स्कूटर की डिग्गी च पा के
ਤੇ ਉਹਨੂੰ ਏਅਰਪੋਰਟ ਸਿਕਿਉਰਿਟੀ ਫੋਰਸ ਵਾਲਿਆਂ ਨੇ ਰੋਕ ਲਿਆ। ਉਸ ਤੋਂ ਬਾਅਦ ਪੀਆਈਏ ਦੇ ਅਮਲੇ ਨੇ ਉਹਦੇ ਤੇ ਖਾਣਾ ਚੋਰੀ ਕਰਨ ਦਾ ਇਲਜ਼ਾਮ ਲਾਇਆ ਔਰ ਖਾਣਾ ਚੋਰੀ ਕਰਨ ਦਾ ਇਲਜ਼ਾਮ ਲਾਉਣ ਤੋਂ ਬਾਅਦ ਜਦੋਂ ਉਹਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਥਾਣਾ ਸਰਵਰ ਰੋਡ ਪੁਲਿਸ ਆਈ ਤੇ ਉਹ ਬੰਦੇ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਮੌਤ ਦੀ ਆਗੋਸ਼ 'ਚ ਚਲਾ ਗਿਆ। ਇਸ ਤਰ੍ਹਾਂ ਦਾ ਵਾਕਿਆ ਅੱਜ ਤੋਂ 10 ਦਿਨ ਪਹਿਲੇ ਜੰਗ ਦੇ ਵਿੱਚ ਵੀ ਹੋਇਆ ਜਦੋਂ ਦੋ ਮਾਸੂਮ ਬੱਚੇ ਜਿਨ੍ਹਾਂ ਦੀਆਂ 4 ਵੱਡੀਆਂ ਭੈਣਾਂ ਨੇ ਔਰ ਉਹ ਬੱਚਿਆਂ ਦੀ ਉਮਰ 6 ਤੋਂ 7 ਸਾਲ ਹੈ। ਨਾਜ਼ਰੀਨ ਉਹ ਬਾਜ਼ਾਰ 'ਚ ਗਏ ਔਰ ਬਾਜ਼ਾਰ 'ਚ ਜਾਣ ਤੋਂ ਬਾਅਦ ਉਹਨਾਂ ਨੇ ਸਿਰਫ ਚੰਦ ਰੋਟੀਆਂ ਦਾ ਆਟਾ ਚੋਰੀ ਕੀਤਾ ਤੇ ਮੁਆਸ਼ਰੇ ਨੇ ਉਹਨਾਂ ਨੂੰ ਜੀਣ ਨਹੀਂ ਦਿੱਤਾ, ਉਹਨਾਂ ਨੂੰ ਲਹੂ ਲੁਹਾਨ ਕਰ ਦਿੱਤਾ ਮਾਰ ਮਾਰ ਕੇ। ਬਾਅਦ 'ਚ ਇੱਕ ਸ਼ਰੀਫ ਆਦਮੀ ਆਇਆ ਔਰ ਜਦੋਂ ਅਸਲ ਵਾਕਿਆ ਦਾ ਪਤਾ ਚੱਲਿਆ ਕਿ ਉਹਨਾਂ ਦੇ ਕਾਰ 'ਤੇ 4 ਦਿਨ ਤੋਂ ਰੋਟੀ ਨਹੀਂ ਪੱਕੀ। ਨਾਜ਼ਰੀਨ ਕੀ ਹਾਲ ਹੋਏਗਾ ਇਸ ਮੁਆਸ਼ਰੇ ਦਾ? ਅਸੀਂ ਸਿਰਫ ਮੁਸਲਮਾਨ ਹੀ ਨਹੀਂ ਪਾਕਿਸਤਾਨੀ ਵੀ ਹੈਗੇ ਹਾਂ। ਸਾਡੇ ਹਰ ਦਫ਼ਤਰ ਦੇ ਵਿੱਚ ਹਰ ਵਜ਼ੀਰ ਨੇ, ਹਰ ਮਸ਼ੀਰ ਨੇ ਤੇ ਹਰ ਵੱਡੇ ਆਦਮੀ ਨੇ ਆਪਣੇ ਦਫ਼ਤਰ ਦੀ ਸ਼ਾਨ ਵਧਾਉਣ ਵਾਸਤੇ ਆਪਣੇ ਸਿਰ ਦੇ ਉੱਤੇ ਕਾਇਦ ਆਜ਼ਮ ਦੀ ਤਸਵੀਰ ਤੇ ਲਾਈ ਹੈ। ਲੇਕਿਨ ਕਿਆ ਜਿਹੜੀ ਕਾਇਦ ਆਜ਼ਮ ਦੀ ਸੋਚ ਸੀ, ਜਿਹੜਾ ਪਾਕਿਸਤਾਨ ਉਹ ਦੇਖਣਾ ਚਾਹੁੰਦੇ ਸੀ, ਉਹ ਪਾਕਿਸਤਾਨ ਕਿਆ ਹੈ? ਅਸੀਂ ਕਰੋੜਾਂ ਰੁਪਏ ਆਪਣੇ ਮਹਿਲਾਂ ਦੇ ਉੱਤੇ ਲਾ ਦਿੰਦੇ ਹਾਂ, ਵਜ਼ੀਰ ਆਲਾ ਹਾਊਸ ਦੇ ਉੱਤੇ ਕਰੋੜਾਂ ਰੁਪਇਆ ਖਰਚ ਹੋ ਜਾਂਦਾ ਹੈ, ਹਰ ਉਸ ਦਫ਼ਤਰ ਜਿਹਦੇ ਵਿੱਚ ਇੱਕ ਸੈਕਟਰੀ ਨੇ ਜਾਂ ਆਲਾ ਅਫਸਰ ਨੇ ਕਾਇਦ ਆਜ਼ਮ ਦੀ ਤਸਵੀਰ ਲਾਈ ਹੋਈ ਹੈ। ਕੀ ਕਦੀ ਉਹਨੇ ਕਿਸੇ ਗਰੀਬ ਆਦਮੀ ਨੇ ਕਾਰ 'ਚ 2 ਰੋਟੀਆਂ ਪਕਾਈਆਂ ਨੇ? ਕਿਆ ਐਸਾ ਨਹੀਂ ਹੋ ਸਕਦਾ ਕਿ ਤੁਸੀਂ, ਮੈਂ, ਅਸੀਂ ਸਾਰੇ ਰਲ ਕੇ ਅਗਰ ਰੋਜ਼ਾਨਾ 1 ਰੁਪਇਆ ਵੀ ਬਚਾ ਕੇ ਅਲੱਗਾ ਰੱਖ ਲਈਏ ਤੇ ਉਸ 1 ਰੁਪਏ ਨੂੰ ਜਦੋਂ ਪੂਰਾ ਮਹੀਨਾ ਜਮ੍ਹਾਂ ਕਰੀਏ ਤੇ 30 ਰੁਪਏ ਬਣਦੇ ਨੇ, ਅਸੀਂ ਉਹ 30 ਰੁਪਏ ਆਪਣੇ ਹੱਥ 'ਚ ਫੜ ਕੇ ਕਿਆ ਮਹੀਨੇ ਦੇ ਅਖੀਰ 'ਤੇ ਕੋਈ ਐਸਾ ਬੰਦਾ ਨਹੀਂ ਲੱਭ ਸਕਦੇ ਜਿਨ੍ਹਾਂ ਦੇ ਘਰ ਰੋਟੀ ਨਾ ਹੋਵੇ, ਜਿਨ੍ਹਾਂ ਦੇ ਘਰ ਭੁੱਖ ਦੇ ਤਾਰੀਖ ਸਾਏ ਮੰਡਲਾ ਰਹੇ ਹੋਣ? ਨਾਜ਼ਰੀਨ, ਕਾਸ਼ ਇਹ ਸੋਚ ਮੇਰੇ 'ਚ, ਤੁਹਾਡੇ 'ਚ ਤੇ ਖਾਸ ਤੌਰ ਦੇ ਉੱਤੇ ਉਹ ਖਰਬਪਤੀ ਸਰਮਾਇਆਦਾਰਾਂ ਦੇ ਵਿੱਚ ਵੀ ਪੈਦਾ ਹੋ ਸਕੇ ਜਿਹੜੇ ਕਿ ਆਪਣੇ ਕਾਰ ਦੇ ਰੰਗੋ ਰੋਗਨ ਦੇ ਉੱਤੇ 10-10 ਲੱਖ ਰੁਪਏ ਖਰਚ ਕਰ ਦਿੰਦੇ ਨੇ, ਜਿਨ੍ਹਾਂ ਦੀ ਗੱਡੀ ਦੀ ਪੋਸ਼ਿਸ਼ ਖਰਾਬ ਹੋ ਜਾਏ ਤੇ ਉਹਦੇ ਤੇ 10,000 ਤੋਂ 15,000 ਲਾ ਦਿੰਦੇ ਨੇ। ਲੇਕਿਨ ਕਦੀ ਉਹਨਾਂ ਨੂੰ ਇਹ ਖਿਆਲ ਨਹੀਂ ਆਇਆ ਕਿ ਸਾਡੇ ਐਸੇ ਹੀ ਮੁਲਕ ਦੇ ਵਿੱਚ, ਸਾਡੀ ਐਸੇ ਹੀ ਬਸਤੀ ਦੇ ਵਿੱਚ ਐਸੇ ਲੋਕ ਵੀ ਹੈਗੀਆਂ ਨੇ, ਐਸੀਆਂ ਮਾਵਾਂ ਭੈਣਾਂ ਵੀ ਹੈਗੀਆਂ ਨੇ, ਐਸੀਆਂ ਧੀਆਂ ਵੀ ਹੈਗੀਆਂ ਨੇ ਜਿਹੜੀਆਂ ਗੁਰਬਤ ਦੀ ਚੱਕੀ ਦੇ ਵਿੱਚ ਪਿਸ ਪਿਸ ਕੇ ਤੇ ਮਜਬੂਰ ਹੋ ਗਈਆਂ ਨੇ ਜਿਸਮ ਫਰੋਸ਼ੀ ਕਰਨ ਦੇ ਉੱਤੇ। ਅਸੀਂ ਉਹਨਾਂ ਨੂੰ ਬੁਰੀ ਨਿਗਾਹ ਨਾਲ ਦੇਖਦੇ ਹਾਂ, ਅਸੀਂ ਕਹਿੰਦੇ ਹਾਂ ਕਿ ਬਹੁਤ ਗਲਤ ਖਵਾਤੀਨ ਨੇ, ਲੇਕਿਨ ਕਦੀ ਅਸੀਂ ਸੋਚਿਆ? ਕਦੀ ਨਾਜ਼ਰੀਨ ਅਸੀਂ ਇਹਦੇ ਬਾਰੇ 'ਚ ਕਦੀ ਜਾਇਜ਼ਾ ਲਿੱਤਾ ਹੈ? ਕਦੀ ਹੁਕਮਰਾਨਾਂ ਨੇ ਔਰਤਾਂ ਨੂੰ ਫੜਨ ਤੋਂ ਇਲਾਵਾ ਹੋਰ ਕੋਈ ਕੰਮ ਕੀਤਾ? ਕਦੀ ਉਹਨਾਂ ਨੇ ਇਹ ਸੋਚਿਆ ਕਿ ਇਹ ਖਵਾਤੀਨ ਜਿਹੜੀਆਂ ਜਿਸਮ ਫਰੋਸ਼ੀ ਕਰ ਰਹੀਆਂ ਨੇ ਇਹਦੇ ਪਿੱਛੇ ਕੀ ਮੁਹਰਕਾਤ ਨੇ? ਇਹ ਤੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਦਾ ਵੀ ਫਰਮਾਨ ਹੈ ਕਿ ਕਿਸੇ ਚੋਰ ਦਾ ਹੱਥ ਵੱਢਣ ਤੋਂ ਪਹਿਲੇ ਇਹ ਦੇਖਿਆ ਜਾਵੇ ਕਿ ਉਹਨੇ ਚੋਰੀ ਕਿਉਂ ਕੀਤੀ। ਕਾਸ਼ ਅਸੀਂ ਲੋਕ ਸੰਭਲ ਜਾਈਏ, ਆਇੰਦਾ ਕੋਈ ਦਿਨ ਸਾਡੇ ਮੁਲਕ ਦੇ ਵਿੱਚ ਐਸਾ ਨਾ ਚੜੇ ਜਦੋਂ ਮੇਰੀ ਕੋਈ ਮਾਂ, ਮੇਰੀ ਭੈਣ, ਮੇਰੀ ਬੇਟੀ, ਮੇਰਾ ਬੇਟਾ ਜਾਂ ਮੇਰਾ ਕੋਈ ਪਿਓ ਜਿਹੜਾ ਆਪਣੇ ਕਾਰ ਦੇ ਵਿੱਚ ਗੁਰਬਤ ਦੇ ਤਾਰੀਖ ਸਾਏ ਵੇਖ ਕੇ ਤੇ ਆਪਣੇ ਆਪ ਨੂੰ ਜ਼ਿੰਦਗੀ ਤੋਂ ਮਹਿਰੂਮ ਕਰ ਬੈਠੇ। ਕਾਸ਼ ਕਿ ਉਸ ਦਿਨ ਤੋਂ ਪਹਿਲੇ ਜਦੋਂ ਸੂਰਜ ਸਵਾ ਨੇਜ਼ੇ ਤੇ ਆ ਜਾਵੇ ਅਸੀਂ ਸੰਭਲ ਜਾਈਏ ਔਰ ਅਸੀਂ ਸਾਰੇ ਰਲ ਕੇ ਗੁਰਬਤ ਦੀ ਇਸ ਲਕੀਰ ਨੂੰ ਮਿਟਾ ਦਈਏ ਤੇ ਉਸ ਭੁੱਖੇ ਘਰਾਂ ਨੂੰ ਸਿਰਫ 1 ਰੋਟੀ, ਸਿਰਫ 1 ਰੋਟੀ ਦੇ ਦਈਏ ਤੇ ਨਾਜ਼ਰੀਨ ਸਾਡੀ ਜ਼ਿੰਦਗੀ ਵੀ ਸਫਲ ਹੋ ਜਾਏਗੀ। ਸਾਨੂੰ ਇਹੋ ਜਿਹੇ ਲੋਕ ਨਹੀਂ ਚਾਹੀਦੇ ਜਿਹੜੇ ਕਿ ਜਦੋਂ ਆਟੇ ਦੀਆਂ ਬੋਰੀਆਂ ਵੰਡਦੇ ਨੇ ਤੇ ਨਾਲ ਫੋਟੋਗ੍ਰਾਫਰਾਂ ਨੂੰ ਬੁਲਾ ਕੇ ਤੇ ਨਾ ਸਿਰਫ ਅਖਬਾਰਾਂ 'ਚ ਤਸਵੀਰਾਂ ਛਪਾਉਂਦੇ ਨੇ ਬਲਕਿ ਟੀਵੀ ਦੇ ਵਿੱਚ ਵੀ ਫਿਲਮਾਂ ਚਲਵਾਉਂਦੇ ਨੇ। ਨਾਜ਼ਰੀਨ, ਕਾਸ਼ ਉਹ ਵੇਲਾ ਆ ਜਾਵੇ। ਮੇਰੀ ਸ਼ਬਾਜ਼ ਸ਼ਰੀਫ ਸਾਹਿਬ ਤੋਂ ਵੀ ਇੱਕ ਇਸਤਦਾ ਹੈਗੀ ਹੈ ਕਿ ਸ਼ਬਾਜ਼ ਸ਼ਰੀਫ ਸਾਹਿਬ, ਤੁਸੀਂ ਇਸ ਸੂਬੇ ਦੀ ਤਕਦੀਰ ਬਦਲਣ ਦਾ ਅਜ਼ਮ ਲੈ ਕੇ ਆਏ ਹੋ ਤੇ ਇਹੋ ਜਿਹੇ ਕੇਸਾਂ ਦੀ ਇਨਵੈਸਟੀਗੇਸ਼ਨ ਕਰੋ, ਤਹਿਕੀਕ ਕਰੋ ਕਿ ਇਹ ਲੋਕ ਜਿਹੜੇ ਮੌਤ ਦੀਆਂ ਵਾਦੀਆਂ ਦੇ ਵਿੱਚ ਬਗੈਰ ਕਿਸੇ ਜੁਰਮ ਦੇ, ਨਾ ਕਰਦਾ ਗੁਨਾਹਾਂ ਦੀ ਸਜ਼ਾ ਪਾਉਣ ਦੇ ਚਲੇ ਜਾਂਦੇ ਨੇ, ਜਿਹੜੇ ਕਿ ਇੰਨੇ ਤੰਗ ਆ ਚੁੱਕੇ ਨੇ ਭੁੱਖ ਦੇ ਇੱਥੋਂ, ਜਿਹੜੇ ਕਿ ਆਪਣੀਆਂ ਔਲਾਦਾਂ ਤੱਕ ਕੁਰਬਾਨ ਕਰਨ 'ਚ ਦਰੇਖ ਨਹੀਂ ਕਰਦੇ। ਸ਼ਬਾਜ਼ ਸ਼ਰੀਫ ਸਾਹਿਬ, ਉੱਠੋ
ਤੇ ਇੱਕ ਇਨਕਲਾਬ ਬਰਪਾ ਕਰ ਦਿਓ, ਉਹ ਘਰਾਂ 'ਚ ਰੋਟੀ ਪਹੁੰਚਾ ਦਿਓ। ਜਿਸ ਦਿਨ ਸ਼ਹਿਬਾਜ਼ ਸ਼ਰੀਫ ਸਾਹਿਬ ਤੁਸੀਂ ਇਹ ਘਰਾਂ 'ਚ ਰੋਟੀ ਪਹੁੰਚਾਤੀ, ਗਰੀਬਾਂ ਨੂੰ ਆਪਣੀ ਔਲਾਦ ਦੇ ਨਾਲ ਮਰਨ ਤੋਂ ਬਚਾ ਲਿਆ, ਤੇ ਉਸ ਦਿਨ ਤੁਹਾਡਾ ਬੋਲ ਨਾ ਸਿਰਫ ਇੱਥੇ ਬਾਲਾ ਹੋਏਗਾ ਬਲਕਿ ਆਖਰੀ ਜਹਾਨ ਦੇ ਵਿੱਚ ਤੁਹਾਡਾ ਹੀ ਨਾਂ ਹੋਏਗਾ। ਸ਼ਹਿਬਾਜ਼ ਸ਼ਰੀਫ ਸਾਹਿਬ ਉੱਠੋ ਔਰ ਇਹਦੇ ਵਾਸਤੇ ਕੁਛ ਕਰੋ। ਮੈਂ ਤੁਹਾਡੇ ਨਾਲ ਇੱਕ ਦਫ਼ਾ ਫਿਰ ਇਸਤਦਾ ਕਰਦਾ, ਵੇਲਾ ਹੈ, ਮੌਕਾ ਹੈ, ਇਸ ਮੌਕੇ ਤੋਂ ਫਾਇਦਾ ਚੁੱਕ ਲਓ। ਇਕਤਦਾਰ ਆਉਣ ਜਾਣ ਵਾਲੀ ਚੀਜ਼ ਹੈ, ਪਤਾ ਨਹੀਂ ਫਿਰ ਲੱਭੇ ਜਾਂ ਨਾ ਲੱਭੇ। ਇਹਦੇ ਨਾਲ ਹੀ ਤੁਹਾਡਾ ਮੇਜ਼ਬਾਨ ਫੈਸਲ ਦੁਰਾਨੀ ਆਪਣੇ ਪ੍ਰੋਗਰਾਮ ਰਿਪੋਰਟਰ ਔਨਲਾਈਨ 'ਚੋਂ ਇਜਾਜ਼ਤ ਚਾਹੁੰਦਾ ਹੈ। ਫਿਰ ਮਿਲਾਂਗੇ, ਰੱਬ ਰਾਖਾ।